ਜਦੋਂ ਮੈਂ ਪੰਥਕ ਪਰਿਵਾਰ ਚੋਂ ਹਾਂ ਤੇ ਮੈਂ ਗੁਰੂ ਦੇ ਬਾਣੇ ਦਾ ਮਾਣ ਤੇ ਸਨਮਾਨ ਕਰਦਾ, ਇਸ ਕਰਕੇ ਮੈਦਾਨ ਦੇ ਵਿੱਚ ਆਉਣਾ, ਮੈਦਾਨ ਦੇ ਵਿੱਚ ਹਰ ਇੱਕ ਨੂੰ ਲੜਨ ਦਾ ਹੱਕ ਆ। ਔਰ ਮੈਂ ਇੱਕ ਗੱਲ ਜ਼ਰੂਰ ਕਹਾਂਗਾ ਕਿ ਅੰਮ੍ਰਿਤਪਾਲ ਜੀ ਇਹ ਗੱਲ ਕਰਦੇ ਸੀ ਕਿ ਮੈਂ ਸੰਵਿਧਾਨ ਨੂੰ ਨਹੀਂ ਮੰਨਦਾ ਜੀ, ਜਿੱਦਾਂ ਨੋਮੀਨੇਸ਼ਨ ਕਰਨੀ ਹੈ, ਜਿੱਦਾਂ ਨੋਮੀਨੇਸ਼ਨ ਕਰਨੀ ਹੈ ਉਦਣ ਉਹ ਸੰਵਿਧਾਨ ਵਾਲੇ ਜਿਹੜਾ ਐਫੀਡੇਵਿਟ ਉਹਦੇ ਤੇ ਸਾਈਨ ਕਰਨੇ ਪੈਣ, ਉਦਣ ਪਤਾ ਲੱਗੂ ਕਿ ਇੱਕ ਬਾਣੇ ਵਾਲਾ ਸਿੱਖ ਕਿਹੜੀ ਗੱਲ ਤੇ ਖੜਾ। ਗੱਲ ਇਹ ਹੈ ਕਿ ਮੈਨੂੰ ਤਾਂ ਕੋਈ ਹਲਕਾ ਵੀ ਮਾੜਾ ਨਹੀਂ ਲੱਗਾ, ਕਿਉਂਕਿ ਹਮੇਸ਼ਾ ਪਹਿਲਾਂ ਵੀ ਕਾਂਗਰਸ ਦੀ ਵੋਟ ਜਿਹੜੀ ਵਧੀ ਆ, ਐਕਟਿਵ ਵੀ ਜਿੱਥੇ ਜਾਣਾ ਮੇਰੀ ਇੱਕ ਗੱਲ, ਜਦੋਂ ਜਾਂਦੇ ਆ ਨਾ ਜਾਂਦੇ ਹੀ ਪਤਾ ਲੱਗ ਜਾਂਦਾ ਕਿ ਵਰਕਰਾਂ 'ਚ ਕਿੰਨਾ ਉਤਸ਼ਾਹ। ਜਦੋਂ ਮੈਂ ਰਾਣਾ ਜੀ ਕੋਲ ਘਰ ਗਿਆ ਤਾਂ ਉੱਥੇ ਕੈਂਪਚੀ ਸਾਹਿਬ ਮਿਲੇ, 250-300 ਜਿਹੜਾ ਉਹਨਾਂ ਦੇ ਨਾਲ ਬੰਦੇ ਸੀਗੇ, ਵਰਕਰ ਸੀ ਉਹਨਾਂ ਦੇ, ਔਰ ਉਹਨਾਂ ਨੇ ਜਾਂਦਿਆਂ ਸਾਰ ਹੀ ਰਾਣਾ ਜੀ ਦੇ ਨਾਅਰੇ, ਕਾਂਗਰਸ ਪਾਰਟੀ ਦੇ ਨਾਅਰੇ, ਮੇਰੇ ਨਾਅਰੇ। ਗੱਲ ਇਹ ਕਿ ਜਦੋਂ ਲੀਡਰ ਕਰੰਟ ਵਾਲਾ ਹੋਵੇ ਤੇ ਥੱਲੇ ਵਾਲੀ ਟੀਮ ਪੂਰੀ ਕਰੰਟ ਵਾਲੀ ਹੁੰਦੀ ਹੈ, ਜੇ 20,000 ਕਿਹਾ ਤੇ 25,000 ਦੀ ਲੀਡ ਨਾ ਆਵੇ ਤੇ ਤਾਂ ਗੱਲ ਕਰੇ। ਕਰੰਟ ਕੈਪਟਨ ਸਾਹਿਬ ਨੇ ਵੇਖਿਆ ਕਿਤੇ, ਉਹਨਾਂ ਨੂੰ ਪੁੱਛ ਲਿਓ, ਇੱਕ ਸਕੂਟਰ ਵਾਲੇ ਨੇ ਹਰਾਤਾ ਕੈਪਟਨ ਸਾਹਿਬ ਨੂੰ, ਤੇ ਜੇ ਮੇਰੇ ਨਾਲ ਤੇ ਰਾਣੇ ਨਾਲ ਪੰਗਾ ਨਾ ਲੈਂਦਾ ਤੇ ਹੋ ਸਕਦਾ ਫਿਰ ਮੁੱਖ ਵੀ ਬਣ ਜਾਂਦਾ। ਇੱਕ ਅਹਿਮ ਸਵਾਲ ਹੈ, 9 ਵਿਧਾਨ ਸਭਾ ਹਲਕਿਆਂ ਚੋਂ ਇੱਕ ਸੁਲਤਾਨਪੁਰ ਦਾ ਹਲਕਾ ਹੈ, ਉੱਥੇ ਰਾਣਾ ਇੰਦਰ ਪ੍ਰਤਾਪ ਆਜ਼ਾਦ ਕੈਂਡੀਡੇਟ ਨੇ, ਉਹ ਸੰਭਾਵੀ ਉਮੀਦਵਾਰ ਵੀ ਸੀਗੇ, ਉਹਨਾਂ ਦਾ ਸਹਿਯੋਗ ਮੰਗੋਗੇ? ਰਾਣਾ ਇੰਦਰ ਪ੍ਰਤਾਪ ਨੇ ਇਹ ਗੱਲ ਕਹੀ ਹੈ ਕਿ ਮੈਂ ਆਪਦੇ ਪਿਤਾ ਜੀ ਨਾਲ ਹਾਂ, ਮੇਰੇ ਪਿਤਾ ਜੀ ਕਾਂਗਰਸੀ ਨੇ, ਔਰ ਮੇਰਾ ਭਰਾ ਹੈ, ਜੇ ਭਰਾ ਭਰਾ ਦੀ ਨਾ ਕਰੂਗਾ ਤੇ ਹੋਰ ਕੌਣ ਕਰੂਗਾ? ਤੁਸੀਂ ਉੱਥੇ ਰਾਣਾ ਇੰਦਰ ਪ੍ਰਤਾਪ ਦੀ ਮਦਦ ਲਓ? ਬਿਲਕੁਲ ਮਦਦ ਲਵਾਂਗਾ ਵੀ, ਮੇਰਾ ਭਰਾ ਹੈ ਉਹ ਮੇਰੀ ਮਦਦ ਕਰੇਗਾ ਵੀ, ਤੁਸੀਂ ਸਾਡੇ ਭਰਾਵਾਂ 'ਚ ਫਿੱਕ ਤਾਂ ਨਾ ਪਾਓ। ਨਹੀਂ ਰਾਣਾ ਜੀ, ਤੁਹਾਡਾ ਕੀ ਸਪਸ਼ਟੀਕਰਨ ਹੈ ਜੀ? ਸੁਲਤਾਨਪੁਰ ਦੇ ਵਿੱਚ ਕਰਨਗੇ ਜੀ ਇੰਦਰ ਨਾਲ ਸਹਿਯੋਗ? ਇਹਨਾਂ ਦਾ ਗੁਰੂ ਦੇ ਬਾਣੇ ਦਾ ਮਾਣ ਤੇ ਸਨਮਾਨ ਕਰਦਾ, ਇਸ ਕਰਕੇ ਮੈਦਾਨ ਦੇ ਵਿੱਚ ਆਉਣਾ, ਮੈਦਾਨ ਦੇ ਵਿੱਚ ਹਰ ਇੱਕ ਨੂੰ ਲੜਨ ਦਾ ਹੱਕ ਆ। ਔਰ ਮੈਂ ਇੱਕ ਗੱਲ ਜ਼ਰੂਰ ਕਹਾਂਗਾ ਕਿ ਅੰਮ੍ਰਿਤਪਾਲ ਜੀ ਇਹ ਗੱਲ ਕਰਦੇ ਸੀ ਕਿ ਮੈਂ ਸੰਵਿਧਾਨ ਨੂੰ ਨਹੀਂ ਮੰਨਦਾ ਜੀ, ਜਿੱਦਾਂ ਨੋਮੀਨੇਸ਼ਨ ਕਰਨੀ ਹੈ ਉਦਣ ਉਹ ਸੰਵਿਧਾਨ ਵਾਲੇ ਜਿਹੜਾ ਐਫੀਡੇਵਿਟ ਉਹਦੇ ਤੇ ਸਾਈਨ ਕਰਨੇ ਪੈਣ, ਉਦਣ ਪਤਾ ਲੱਗੂ ਕਿ ਇੱਕ ਬਾਣੇ ਵਾਲਾ ਸਿੱਖ ਕਿਹੜੀ ਗੱਲ ਤੇ ਖੜਾ। ਜਦੋਂ ਮੈਂ ਪੰਥਕ ਪਰਿਵਾਰ ਚੋਂ ਹਾਂ ਤੇ ਮੈਂ ਗੁਰੂ ਦੇ ਬਾਣੇ ਦਾ ਮਾਣ ਤੇ ਸਨਮਾਨ ਕਰਦਾ, ਇਸ ਕਰਕੇ ਮੈਦਾਨ ਦੇ ਵਿੱਚ ਆਉਣਾ, ਮੈਦਾਨ ਦੇ ਵਿੱਚ ਹਰ ਇੱਕ ਨੂੰ ਲੜਨ ਦਾ ਹੱਕ ਆ। ਔਰ ਮੈਂ ਇੱਕ ਗੱਲ ਜ਼ਰੂਰ ਕਹਾਂਗਾ ਕਿ ਅੰਮ੍ਰਿਤਪਾਲ ਜੀ ਇਹ ਗੱਲ ਕਰਦੇ ਸੀ ਕਿ ਮੈਂ ਸੰਵਿਧਾਨ ਨੂੰ ਨਹੀਂ ਮੰਨਦਾ ਜੀ, ਜਿੱਦਾਂ ਨੋਮੀਨੇਸ਼ਨ ਕਰਨੀ ਹੈ ਉਦਣ ਉਹ ਸੰਵਿਧਾਨ ਵਾਲੇ ਜਿਹੜਾ ਐਫੀਡੇਵਿਟ ਉਹਦੇ ਤੇ ਸਾਈਨ ਕਰਨੇ ਪੈਣ, ਉਦਣ ਪਤਾ ਲੱਗੂ ਕਿ ਇੱਕ ਬਾਣੇ ਵਾਲਾ ਸਿੱਖ ਕਿਹੜੀ ਗੱਲ ਤੇ ਖੜਾ। ਗੱਲ ਇਹ ਹੈ ਕਿ ਮੈਨੂੰ ਤਾਂ ਕੋਈ ਹਲਕਾ ਵੀ ਮਾੜਾ ਨਹੀਂ ਲੱਗਾ, ਕਿਉਂਕਿ ਹਮੇਸ਼ਾ ਪਹਿਲਾਂ ਵੀ ਕਾਂਗਰਸ ਦੀ ਵੋਟ ਜਿਹੜੀ ਵਧੀ ਆ, ਐਕਟਿਵ ਵੀ ਜਿੱਥੇ ਜਾਣਾ ਮੇਰੀ ਇੱਕ ਗੱਲ, ਜਦੋਂ ਜਾਂਦੇ ਆ ਨਾ ਜਾਂਦੇ ਹੀ ਪਤਾ ਲੱਗ ਜਾਂਦਾ ਕਿ ਵਰਕਰਾਂ 'ਚ ਕਿੰਨਾ ਉਤਸ਼ਾਹ। ਜਦੋਂ ਮੈਂ ਰਾਣਾ ਜੀ ਕੋਲ ਘਰ ਗਿਆ ਤਾਂ ਉੱਥੇ ਕੈਂਪਚੀ ਸਾਹਿਬ ਮਿਲੇ, 250-300 ਜਿਹੜਾ ਉਹਨਾਂ ਦੇ ਨਾਲ ਬੰਦੇ ਸੀਗੇ, ਵਰਕਰ ਸੀ ਉਹਨਾਂ ਦੇ, ਔਰ ਉਹਨਾਂ ਨੇ ਜਾਂਦਿਆਂ ਸਾਰ ਹੀ ਰਾਣਾ ਜੀ ਦੇ ਨਾਅਰੇ, ਕਾਂਗਰਸ ਪਾਰਟੀ ਦੇ ਨਾਅਰੇ, ਮੇਰੇ ਨਾਅਰੇ। ਗੱਲ ਇਹ ਕਿ ਜਦੋਂ ਲੀਡਰ ਕਰੰਟ ਵਾਲਾ ਹੋਵੇ
ਤੇ ਥੱਲੇ ਵਾਲੀ ਟੀਮ ਪੂਰੀ ਕਰੰਟ ਵਾਲੀ ਹੁੰਦੀ ਹੈ। ਜੇ 20,000 ਕਿਹਾ ਤੇ 25,000 ਦੀ ਲੀਡ ਨਾ ਆਵੇ ਤੇ ਤਾਂ ਗੱਲ ਕਰ। ਕਰੰਟ ਕੈਪਟਨ ਸਾਹਿਬ ਨੇ ਵੇਖਿਆ ਕਿਤੇ ਉਹਨਾਂ ਨੂੰ ਪੁੱਛ ਲਿਓ, ਇੱਕ ਸਕੂਟਰ ਵਾਲੇ ਨੇ ਰਾਤਾ ਕੈਪਟਨ ਸਾਹਿਬ, ਤੇ ਜੇ ਮੇਰੇ ਨਾਲ ਤੇ ਰਾਣੇ ਨਾਲ ਪੰਗਾ ਨਾ ਲੈਂਦਾ ਤੇ ਹੋ ਸਕਦਾ ਫਿਰ ਮੁੱਖ ਮੰਤਰੀ ਬਣ ਜਾਂਦਾ। ਇੱਕ ਅਹਿਮ ਸਵਾਲ ਹੈ, ਨੌ ਵਿਧਾਨ ਸਭਾ ਹਲਕਿਆਂ ਚੋਂ ਇੱਕ ਸੁਲਤਾਨਪੁਰ ਦਾ ਹਲਕਾ ਹੈ, ਉੱਥੇ ਰਾਣਾ ਇੰਦਰ ਪ੍ਰਤਾਪ ਆਜ਼ਾਦ ਕੈਂਡੀਡੇਟ ਨੇ, ਉਹ ਸੰਭਾਵੀ ਉਮੀਦਵਾਰ ਵੀ ਸੀਗੇ, ਉਹਨਾਂ ਦਾ ਸਹਿਯੋਗ ਮੰਗੋਗੇ? ਰਾਣਾ ਇੰਦਰ ਪ੍ਰਤਾਪ ਨੇ ਇਹ ਗੱਲ ਕਹੀ ਹੈ ਕਿ ਮੈਂ ਆਪਦੇ ਪਿਤਾ ਜੀ ਨਾਲ ਹਾਂ, ਮੇਰੇ ਪਿਤਾ ਜੀ ਕਾਂਗਰਸੀ ਨੇ ਔਰ ਮੇਰਾ ਭਰਾ ਹੈ, ਜੇ ਭਰਾ ਭਰਾ ਦੀ ਨਾ ਕਰੂਗਾ ਤੇ ਹੋਰ ਕੌਣ ਕਰੂਗਾ? ਤੁਸੀਂ ਉੱਥੇ ਰਾਣਾ ਇੰਦਰ ਪ੍ਰਤਾਪ ਦੀ ਮਦਦ ਲਓ? ਬਿਲਕੁਲ ਮਦਦ ਲਵਾਂਗਾ ਵੀ, ਮੇਰਾ ਭਰਾ ਹੈ ਉਹ ਮੇਰੀ ਮਦਦ ਕਰੇਗਾ ਵੀ, ਤੁਸੀਂ ਸਾਡੇ ਭਰਾਵਾਂ 'ਚ ਫਿੱਕ ਤਾਂ ਨਾ ਪਾਓ। ਨਹੀਂ ਰਾਣਾ ਜੀ, ਤੁਹਾਡਾ ਕੀ ਸਪਸ਼ਟੀਕਰਨ ਹੈ ਜੀ? ਸੁਲਤਾਨਪੁਰ ਦੇ ਵਿੱਚ ਕਰਨਗੇ ਜੀ ਇੰਦਰ ਨਾਲ ਸਹਿਯੋਗ ਇਹਨਾਂ ਦਾ? ਜਦੋਂ ਮੈਂ ਪੰਥਕ ਪਰਿਵਾਰ ਚੋਂ ਹਾਂ ਤੇ ਮੈਂ ਗੁਰੂ ਦੇ ਬਾਣੇ ਦਾ ਮਾਣ ਤੇ ਸਨਮਾਨ ਕਰਦਾ, ਇਸ ਕਰਕੇ ਮੈਦਾਨ ਦੇ ਵਿੱਚ ਆਉਣਾ, ਮੈਦਾਨ ਦੇ ਵਿੱਚ ਹਰ ਇੱਕ ਨੂੰ ਲੜਨ ਦਾ ਹੱਕ ਹੈ। ਔਰ ਮੈਂ ਇੱਕ ਗੱਲ ਜ਼ਰੂਰ ਕਹਾਂਗਾ ਕਿ ਅੰਮ੍ਰਿਤਪਾਲ ਜੀ ਇਹ ਗੱਲ ਕਰਦੇ ਸੀ ਕਿ ਮੈਂ ਸੰਵਿਧਾਨ ਨੂੰ ਨਹੀਂ ਮੰਨਦਾ ਜੀ, ਜਿੱਦਾਂ ਨੋਮੀਨੇਸ਼ਨ ਕਰਨੀ ਹੈ ਉਦਣ ਉਹ ਸੰਵਿਧਾਨ ਵਾਲੇ ਜਿਹੜਾ ਐਫੀਡੇਵਿਟ ਉਹਦੇ ਤੇ ਸਾਈਨ ਕਰਨੇ ਪੈਣ, ਉਦਣ ਪਤਾ ਲੱਗੂ ਕਿ ਇੱਕ ਬਾਣੇ ਵਾਲਾ ਸਿੱਖ ਕਿਹੜੀ ਗੱਲ ਤੇ ਖੜਾ।